ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਹਾਂ ਜੇ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਵਾਦਦੇ ਹਾਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੁਸੋਦੀਆ ਨੂੰ ਸੀਬੀਆਈ ਨੇ ਕੀਤਾ ਗ੍ਰਿਫਤਾਰ ਤਾਂ ਦੋਸਤੋ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਤੇ ਮਨੀਸ਼ ਸਸੋਦੀਆ ਨੂੰ ਆਪਕਾਰੀ ਨੀਤੀ ਕੱਪੜੇ ਮਾਮਲੇ ਦੇ ਵਿੱਚ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਤੇ ਇਸ ਤੋਂ ਪਹਿਲਾਂ ਕੱਲ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਆਪਕਾਰੀ ਨੀਤੀ ਕੱਪੜੇ ਦੇ ਸੀਬੀਆਈ ਦੇ ਜਾਂਚ ਵਿੱਚ ਸ਼ਾਮਲ ਹੋਏ ਤੇ ਉਹ ਸਵੇਰੇ 11:00 ਬਜੇ 10 ਮਿੰਟ ਤੇ ਸੀਬੀਆਈ ਦੇ ਹੈੱਡਕੁਆਰਟਰ ਪਹੁੰਚੇ ਤੇ ਸੀਬੀਆਈ ਇਸ ਮਾਮਲੇ ਦੇ ਵਿੱਚ ਸੀਬੀਆਈ ਨੇ ਸਸੋਦੀਆ ਤੋਂ ਤਕਰੀਬਨ 8 ਘੰਟੇ ਤੱਕ ਪੁੱਛਗਿਆ ਚਕ ਕੀਤੀ ਸੂਤਰਾਂ ਦੇ ਮੁਤਾਬਕ ਸੀਬੀਆਈ ਨੇ ਦੱਸਿਆ ਕਿ ਮਨੀਸ਼ ਸੁਸੋਦੀਆ ਪੁਚਗੱਚ ਬਚਾ ਸਹਿਯੋਗ ਨਹੀਂ ਕਰੇ ਸੰਤੇ ਸੀਬੀਆਈ ਨੇ ਮਨੀਸ਼ ਸੁਸੋਦੀਆ ਦਾ ਅਧਿਕਾਰੀ ਨਾਲ ਆਮਨੋ ਸਾਹਮਣਾ ਕਰਵਾਇਆ ਤੇ ਇਸ ਦੌਰਾਨ ਮਨੀਸ਼ ਸੁਸੋਦੀਆ ਸਵਾਲਾਂ ਦੇ ਜਵਾਬ ਦੇਣ ਤੋਂ ਬਚਦੇ ਨਜ਼ਰ ਆਏ ਤੇ ਮਨੀਸ਼ ਸੁਸੋਦੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਆਗਲੀ ਖਬਰ ਹਕਾਲਿਸਤਾਨੀ ਹਮਾਇਤਕਾਂ ਨੂੰ ਪਾਕਿਸਤਾਨ ਤੋਂ ਫੰਡਿੰਗ ਹੋ ਰਹੀ ਹੈ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਰਤ ਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸੰਗ ਬਾਰੇ ਸਖਤ ਸਾਵਧਾਨੀ ਵਿੱਚ ਬਿਆਨ ਦਿੱਤਾ ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੁਝ ਲੋਕਾਂ ਨੂੰ ਪਾਕਿਸਤਾਨ ਤੋਂ ਫੰਡਿੰਗ ਹੁੰਦੀ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਤੋਂ ਕੋਈ ਵੱਡਾ ਨਹੀਂ ਆ ਤੇ ਉਹਨਾਂ ਨੇ ਕਹਿ ਕੇ ਅਮਰਿਤਪਾਲ ਸੰਗ ਨੇ ਗੁਰੂ ਨੂੰ ਢਾਲ ਬਣਾ ਕੇ ਅਜਨਾਲਾ ਵਿਖੇ ਥਾਣੇ ਦੇ ਉੱਤੇ ਹਲਕਾ ਕੀਤਾ ਤੇ ਅਜਿਹਾ ਕਰਨ ਵਾਲਾ ਪੰਜਾਬ ਦਾ ਬਾਰਿਸ਼ ਨਹੀਂ ਹੋ ਸਕਦਾ ਤੇ ਉਹਨਾਂ ਦਾ ਕਹਿਣਾ ਹੈ ਕਿ ਕੱਲ ਨੂੰ ਕੋਈ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਜਾਵੇਗਾ ਤਾਂ ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਾਲ ਲੈ ਕੇ ਚਲੇ ਜਾਵੇਗਾ। ਬੀਬੀ ਜੰਗੀਰਾ ਕਰਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਇਹ ਅਪੀਲ। ਅੱਜ ਨਾਲਾ ਥਾਣੇ ਤੇ ਹਮਲੇ ਦੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਦੇ ਬਜੋਂ ਵਰਤਨ ਦੇ ਨਕੀਦੇ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਅਤੇ ਬੀਬੀ ਜੰਗੀਰ ਕੌਰ ਨੇ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਦੇ ਵਿੱਚ ਕਿਹਾ ਹੈ ਕਿ ਅਮਰਤਪਾਲ ਸਿੰਘ ਅਤੇ ਉਹਦੇ ਸਾਥੀਆਂ ਦੇ ਵੱਲੋਂ ਆਪਣੇ ਸਾਥੀਆਂ ਨੂੰ ਪੁਲਿਸ ਤੋਂ ਛਡਵਾਉਣ ਦੇ ਲਈ ਸੰਘਰਸ਼ ਕਰਨਾ ਬਕਰੀ ਗੱਲ ਹੈ ਪਰ ਇਹਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਲੈ ਜਾਣਾ ਨਿੰਦਨਯੋਗ ਹੈ ਤੇ ਉਨ੍ਹਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਨਗਰ ਕੀਰਤਨ ਦੇ ਦੌਰਾਨ ਸੜਕਾਂ ਦੇ ਉੱਤੇ ਉਤਾਰਿਆ ਜਾ ਸਕਦਾ ਜਦੋਂ ਕਿ ਸਾਰੀਆਂ ਸੜਕਾਂ ਦੀ ਸਫਾਈ ਕਰਵਾ ਕੇ ਪਾਤਸ਼ਾਹ ਦੇ ਆਉਣ ਜਾਣ ਦੇ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਪ੍ਰਬੰਧ ਕੀਤੇ ਜਾਂਦੇ ਹਨ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਨੂੰ ਪੂਰੀ ਦੁਨੀਆ ਨੇ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਤੇ ਇਹ ਘਟਨਾ ਗੁਰੂ ਸਾਹਿਬ ਦੇ ਅਪਮਾਨ ਤੋਂ ਘਟਨੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਲਈ ਜੋ ਵੀ ਹਰਦਾ ਵਿੰਨਿਆ ਗਿਆ ਹੈ ਤੇ ਉਸ ਨੂੰ ਸ਼ਾਂਤ ਕਰਨ ਦੇ ਲਈ ਸਿਕ ਮਰਿਆਦਾ ਦੇ ਨਾਲ ਵਾਪਰੀ ਘਟਨਾਵਾਂ ਦੇ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਦਿੱਤੇ ਹੋ ਘੰਟੇ ਵਾਲੇ ਬਟਨ ਨੂੰ ਦਬਕ ਕੇ ਆਲਟ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਪੰਜਾਬ ਸਰਕਾਰ ਨੇ ਸਾਫੀਸਦੀ ਪਿੰਡੂ ਕਹਾਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਕਰਵਾਈ ਮੁਹੱਈਆ ਜਿੰਪਾ ਤਾਂ ਦੋਸਤੋ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਜਾਣ ਕਰ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਹੇਠ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ 34.26 ਲੱਖ ਪਿੰਡੂ ਕਹਾਨੂੰ ਪੀਣ ਵਾਲੇ ਪਾਣੀ ਦੇ ਟੁੱਟੇ ਪਾਈਪਾਂ ਦੇ ਰਾਹੀਂ ਸਪਲਾਈ ਦੇੰਦਾ ਟੀਚਾ ਹਾਸਲ ਕਰ ਲਿਆ ਤੇ ਉਹਨਾਂ ਦਾ ਕਹਿਣਾ ਕਿ ਮਾਨ ਸਰਕਾਰ ਦੇ ਪਹਿਲੇ ਸਾਲ ਦੀਆਂ ਅਜਈਆਂ ਹੋਰ ਬਹੁਤ ਸਾਰੀਆਂ ਪ੍ਰਾਪਤਕਾਂ ਨੂੰ ਅਗਲੇ 4 ਸਾਲਾਂ ਦੇ ਵਿੱਚ ਹੋਰ ਬੁਲੰਦੀਆਂ ਤੇ ਲਿਜਾਇਆ ਜਾਵੇਗਾ ਤੇ ਪੰਜਾਬ ਪੂਰੇ ਦੇਸ ਦੇ ਵਿੱਚੋਂ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਪੰਜਵਾਂ ਸੂਬਾ ਬਣ ਗਿਆ ਹੈ। ਪੰਜਾਬ ਸਰਕਾਰ ਰਾਜਪਾਲ ਦੇ ਖਿਲਾਫ ਬਜਟ ਸੈਸ਼ਨ ਦੇ ਮੁੱਦੇ ਤੇ ਸੁਪਰੀਮ ਕੋਰਟ ਆ ਪਹੁੰਚੀ। ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਟਵੀਟ ਕਰਕੇ ਜਾਣਕਾਰ ਦਿੱਤਾ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਆ ਪਹੁੰਚੀ ਅਤੇ ਮਾਮਲੇ ਦੇ ਸੁਣਵਾਈ 22 ਫਰਵਰੀ ਨੂੰ ਕੈਬਨ ਪੰਜਾਬ ਕੈਬਨਟ ਨੇ ਬਜਟ ਸੈਸ਼ਨ ਆ ਬੁਲਾਉਣ ਦੇ ਲਈ ਰਾਏਪਾਲ ਨੂੰ ਪੱਤਰ ਲਿਖਿਆ ਤੇ ਪੰਜਾਬ ਦੇ ਰਾਏਪਾਲ ਬੀਐਲ ਪ੍ਰੋਹਿਤ ਦੇ ਖਿਲਾਫ ਆਮਰਮੀ ਪਾਰਟੀ ਸਰਕਾਰ ਸੁਪਰੀਮ ਕੋਰਟ ਆ ਪਹੁੰਚ ਗਿਆ ਤੇ ਰਾਏਪਾਲ ਨੇ ਸਰਕਾਰ ਨੂੰ ਬਜਟ ਸੈਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਸੀ ਜਿਸ ਦੇ ਖਿਲਾਫ ਸੀਮ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਟੀਸ਼ਨ ਦਾਇਰ ਕੀਤੀ ਅਤੇ ਇਸ ਮਾਮਲੇ ਵਿੱਚ ਕੈਬਨਟ ਨੇ ਭਾਜਪਾ ਸੈਸ ਨੂੰ ਮਨਜ਼ੂਰੀ ਦੇ ਦਿੱਤੀ ਸੀ ਪਰ ਰਾਏਪਾਲ ਨੇ ਐਸ ਨੂੰ ਮਨਜ਼ੂਰੀ ਨਹੀਂ ਦਿੱਤੀ ਆ ਰਾਏਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਵਾਲਾਂ ਦੇ ਜਵਾਬਾਂ ਤੇ ਇਤਰਾਜ਼ ਜਤਾਇਆ ਸੀ ਕਿਹਾ ਸੀ ਕਿ ਉਹ ਐਸ ਸਬੰਧੀ ਕਾਨੂੰਨੀ رائے ਲੈਣਗੇ ਤੇ ਐਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਤੇ ਮਾਨ ਨੇ ਲਿਖਿਆ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਝਲਕ ਦਿੱਲੀ ਵਿੱਚ ਬਹੁਮਤ ਹੁਣ ਦੇ ਬਾਵਜੂਦ ਮੇਯਰਾ ਬਣਾਉਣ ਦੇ ਲਈ ਸੁਪਰੀਮ ਕੋਰਟ ਜਾਣਾ ਡੈਪਟੀ ਮੇਯਰਾ ਬਣਾਉਣ ਦੇ ਲਈ ਸੁਪਰੀਮ ਕੋਰਟ ਜਾਣਾ ਤੇ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਬੁਲਾਉਣ ਦੇ ਲਈ ਸੁਪਰੀਮ ਕੋਰਟ ਜਾਣਾ ਪੈ ਤੇ ਲੋਕਤੰਤਰ ਦੀ ਖੋਜ ਜਾਰੀ ਹੈ ਅਗਲੀ ਵੱਡੀ ਖਬਰ ਹੈ ਖੇਤੀ ਕਨੈਕਸ਼ਨਾਂ ਦੇ ਫਰਜ਼ੀ ਬਾੜੇ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਮੁਜ਼ਾਰਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਕੱਲ ਇੱਥੇ ਪਾਵਰਕਾਮ ਦੇ ਸੀਪਾ ਇੰਜੀਨੀਅਰਾਂ ਦਫ਼ਤਰ ਦੇ ਅੱਗੇ ਧਰਨਾ ਦੇ ਕੇ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਤੇ ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕਿਸਾਨਾਂ ਦੇ ਵੱਲੋਂ ਨਿਯਮਤ ਟੰਗ ਦੇ ਨਾਲ ਅਦਾਇਗੀ ਕਰਕੇ ਖੇਤੀ ਸੈਕਟਰ ਦੇ ਕਨੈਕਸ਼ਨ ਲਏ ਸਨ ਪਰ ਹੁਣ ਪਾਵਰਕਾਮ ਦੇ ਚੈਕਿੰਗ ਅਧਿਕਾਰੀਆਂ ਦੇ ਵੱਲੋਂ ਇਹਨਾਂ ਨੂੰ ਗੈਰਕਾਨੂੰਨੀ ਕਨੈਕਸ਼ਨ ਕਰਾਰ ਦੇ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਨਗਰ ਨਗਮ ਚੋਣਾਂ ਤੋਂ ਪਹਿਲਾਂ ਚਾਰ ਹਲਕਿਆਂ ਨੂੰ 2.37 ਕਰੋੜ ਰੁਪਏ ਜਾਰੀ ਸਰਕਾਰ ਨੇ ਪੈਸਾ ਖਰਚਣ ਦੇ ਉਦੇਸ਼ਾ ਨਿਰਦੇਸ਼ ਕੀਤੇ ਜਾਰੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਡੇਰਾ ਸੱਤਖੰਡ ਬੱਲਾ ਵਿੱਚ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਬਾਣੀ ਦੇ ਅਧਿਆਨ ਸੈਂਟਰ ਦੇ ਲਈ 25 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਦੇ ਪ੍ਰਕਿਰਿਆ ਸ਼ੁਰੂ ਹੋ ਚੁੱਕਿਆ ਤੇ ਉੱਤੇ ਹੀ ਪੰਜਾਬ ਸਰਕਾਰ ਨੇ ਨਗਰ ਨਗਮ ਚੋਣਾਂ ਤੋਂ ਪਹਿਲਾਂ ਹਲਕਾ ਪੱਛਮਾ ਸੈਂਟਰਲ ਕਰਤਾਰਪੁਰ ਤੇ ਨਕੂਦਰ ਦੇ ਲਈ 2.37 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਆਪ ਸਰਕਾਰ ਬਣ ਦੇ ਬਾਅਦ ਪਹਿਲੀ ਵਾਰ ਵਿਧਾਇਕਾਂ ਨੂੰ ਜਾਰੀ ਹੋਈ ਗ੍ਰਾਂਟ ਵਿੱਚ ਜਲੰਧਰ ਸੈਂਟਰਲ ਹਲਕੇ ਵਿੱਚ ਆਉਣ ਵਾਲੀ ਗ੍ਰਾਂਟ ਵਿੱਚ ਲਗਭਗ 15 ਲੱਖ ਦੀ ਕਟੌਤੀ ਕੀਤੀ ਗਿਆ ਤੇ ਇਸ ਤੋਂ ਇਲਾਵਾ ਬਾਕੀ ਸਾਰੇ ਹਲਕਿਆਂ ਵਿੱਚ ਹੋਣ ਵਾਲੇ ਕੰਮਾਂ ਨੂੰ ਲੈ ਕੇ ਪੈਸਾ ਜਾਰੀ ਹੋ ਚੁੱਕਿਆ ਤੇ ਵਿਕਾਸ ਕੰਮਾਂ ਦੇ ਲਈ ਜਾਰੀ ਹੋਏ ਪੈਸੇ ਦੇ ਇਸਤੇਮਾਲ ਨੂੰ ਲੈ ਕੇ ਸਰਕਾਰ ਦੇ ਵੱਲੋਂ ਦੇਸ਼ਾ ਨਿਰਦੇਸ਼ ਜਿਹੜੇ ਜਾਰੀ ਕੀਤੇ ਗਏ ਹਨ ਅਤੇ ਉਸ ਦੇ ਮੁਤਾਬਕ ਗ੍ਰਾਂਟ ਦਾ ਪੈਸਾ ਖਰਚਣ ਦੀ ਹਦਾਇਤ ਵੀ ਦਿੱਤੀ ਹੈ। ਸੈਂਟਰਲ ਜੇਲ੍ਹ ਲੁਧਿਆਣਾ ਵਿੱਚ ਕੈਦੀਆਂ ਦੀ ਵੀਡੀਓ ਕਾਨਫਰੈਂਸਿੰਗ ਦੇ ਲਈ ਬਣ ਕੇ 20 ਕੈਬਨ ਆਨਲਾਈਨ ਹੋਵੇਗੀ ਪੇਸ਼ੀ। ਸੈਂਟਰਲ ਜੇਲ੍ਹ ਲੁਧਿਆਣਾ ਵਿੱਚ ਨਸ਼ੀ ਅਤੇ ਮੋਬਾਈਲ ਦੀ ਸਪਲਾਈ ਚੇਨ ਟੁੱਟਣ ਦਾ ਨਾ ਨਹੀਂ ਲੈ ਰਹੀ ਅਤੇ ਜੇਲ੍ਹ ਐ ਮੈਨੇਜਮੈਂਟ ਨੇ ਭੁਗਤਾ ਇੰਤਜ਼ਾਮਾਂ ਦੀ ਵਜ੍ਹਾ ਦੇ ਨਾਲ ਇਹਨਾਂ ਦੇ ਰਿਕਵਰੀ ਦਾ ਤੇਜ਼ੀ ਦੇ ਨਾਲ ਹੋ ਰਹੀ ਆ ਪਰ ਫਿਰ ਵੀ ਰੋਜ਼ਾਨਾ ਮੋਬਾਈਲ ਅਤੇ ਨਸ਼ਾ ਮੈਰਿਆ ਤੇ ਅਸਲ ਸਪਲਾਈ ਨੂੰ ਰੋਕਣ ਦੇ ਲਈ ਜੇਲ ਮੈਨੇਜਮੈਂਟ ਵੀਡੀਓ ਕਾਨਫਰੈਂਸਿੰਗ ਦਾ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਜਾ ਰਿਹਾ ਤਾਂ ਕਿ ਇਸ ਦੇ ਨਕੇਲ ਕਸੀ ਜਾ ਸਕੇ ਤੇ ਹੱਦ ਲਈ ਹੁਣ ਵੀਡੀਓ ਕਾਨਫਰੈਂਸਿੰਗ ਦੇ ਨਾਲ ਹੀ ਕੈਦੀਆਂ ਦੀ ਪੇਸ਼ੀ ਜਿਹੜੀ ਕੀਤੀ ਜਾਵੇਗੀ। ਇਸ ਦੇ ਲਈ ਵੀ ਕੈਬਿਨਾ ਬਣਾਏ ਜਾਣਗੇ ਤੇ ਹੱਦੇ ਮਨਜ਼ੂਰੀ ਮਿਲ ਗਈ ਹੈ। ਕੇਂਦਰ ਸਰਕਾਰ ਨੇ ਦਿੱਤੀ ਵੱਡੀ ਰਾਹਤ ਇਸ ਸਾਲ ਕਣਕ ਦੀ پیداوار ਤੇ ਨਹੀਂ ਪਵੇਗਾ ਗਰਮੀ ਦਾ ਅਸਰ ਕਣਕ ਦੇ ਉਤਪਾਦਨ ਅਤੇ ਖਾਪਤ ਦੇ ਲਿਹਾਜ਼ ਦੇ ਨਾਲ ਪਿਛਲਾ ਸਾਲ ਬੇਤਰ ਨਹੀਂ ਰਹਾ ਤੇ ਪਿਛਲੇ ਸਾਲ ਜਿੱਥੇ ਲੂਣੇ ਕਣਕ ਦੀ پیداوار ਦੀ ਖੇੜਾ ਬਗੜ ਦਿੱਤੇ ਤੇ ਇਸ ਦੇ ਨਾਲ ਹੀ ਬਾਅਦ ਵਿੱਚ ਰੂਸਾ ਯੂਕਰੇਨ ਯੁੱਧਾ ਤੇ ਭਾਰਤ ਸਰਕਾਰ ਦੇ ਦੁਆਰਾ ਨਰੇਆਤ ਵਿੱਚ ਵੱਧ ਦੇ ਕਾਰਨ ਦੇਸ ਵਿੱਚ ਕਣਕ ਦੀ ਘਰੇਲੂ ਖਾਪਤ ਘਟੀਆ ਤੇ ਹਦਾ ਅਸਰ ਦੇਸ਼ ਵਿੱਚ ਕਣਕ ਅਤੇ ਆਟੇ ਦੀਆਂ ਕੀਮਤਾਂ ਤੇ ਦੇਖਣ ਨੂੰ ਮਿਲਿਆ ਹਾਲਾਂਕਿ ਕੇਂਦਰ ਸਰਕਾਰ ਹੁਣ ਲਗਾਤਾਰ ਕਣਕ ਦੀ ਕੀਮਤ ਘਟਾਉਣ ਦੇ ਕਦਮ ਚੁੱਕ ਰਹੀ ਹੈ ਤੇ ਇਸ ਸਾਲ ਵੀ ਕੇਂਦਰ ਸਰਕਾਰ ਦੀਆਂ ਨਜ਼ਰਾਂ ਕਣਕਾ ਮੰਡੀ ਤੇ ਟਿਕੀਆਂ ਹੋਈਆਂ ਤੇ ਇਸ ਵਾਰ ਦੇਸ਼ ਵਿੱਚ ਕਣਕ ਦੀ ਬੰਪਰ ਪੈਦਾਵਾਰ ਹੋਣ ਦੀ ਪੂਰੀ ਉਮੀਦਾਂ ਤੇ ਕੇਂਦਰ ਸਰਕਾਰ ਨੇ ਇਸ ਸਬੰਧ ਵਿੱਚ ਇੱਕ ਹੋਰ ਵੱਡੀ ਰਾਹਤ ਦਿੱਤੀ ਹੈ ਕਣਕ ਤੇ ਗਰਮੀ ਦਾ ਕੋਈ ਨਹੀਂ ਹੋਵੇਗਾ ਅਸਰ ਹੋਂ ਤੱਕ ਇਹ ਹੀ ਡਰ ਸਤਾਇਆ ਜਾ ਰਿਹਾ ਹੈ ਕਿ ਗਰਮੀ ਇਸ ਸਾਲ ਵੀ ਕਣਕ ਦੀ ਸਿਹਤ ਬਗੜ ਸਕਦੀ ਹੈ ਪਰ ਕੇਂਦਰ ਸਰਕਾਰ ਨੇ ਇਸ ਸਬੰਧੀ ਰਾਹਤ ਦਿੱਤੀ ਹੈ ਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਭਾਰਤੀ ਖੁਰਾਕ ਨਿਗਮ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਸ਼ੋਕ ਕੇ ਮੀਨਾ ਨੂੰ ਹਾਲ ਹੀ ਦੇ ਵਿੱਚ ਪੁੱਛਿਆ ਗਿਆ ਸੀ ਕਿ ਕੀ ਤਾਪਮਾਨ ਦਾ ਪ੍ਰਭਾਵ ਕਣਕ ਦੀ ਫਸਲ ਤੇ ਦੇਖਿਆ ਜਾ ਸਕਦਾ ਹੈ ਇਸ ਦੇ ਜਵਾਬ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਕਣਕ ਤੇ ਗਰਮੀ ਦਾ ਕੋਈ ਅਸਰ ਹੁੰਦੇ ਸੰਭਾਵਨਾ ਨਹੀਂ ਅਤੇ ਹੱਦੇ ਨਾਲ ਹੀ ਉਹਨਾਂ ਨੇ ਬਰਾਮਦ ਬਾਰੇ ਇਸ ਪਾਸਟਿਕੀਤਾ ਕੇ ਕੇਂਦਰ ਸਰਕਾਰ ਨੇ ਕਣਕ ਦੇ ਬਰਾਮਦਤੇ پابੰਦੀ ਲਗਾਈ ਹੋਈ ਆ ਤੇ ਉਹ ਜਾਰੀ ਰਹੇਗੀ। ਸ਼ੰਭੂ ਬਾਰਡਰ ਤੇ ਗੈਂਗਸਟਰਾਂ ਤੇ ਪੁਲਿਸ ਵਿਚਕਾਰ ਮੁਕਾਬਲਾ ਦੋ ਗੈਂਗਸਟਰ ਕਾਬੂ। ਯਾਹ ਦੋਸਤੋ ਮਾਲੀ ਦੇ ਰਹਿਣ ਵਾਲੇ ਇੱਕ ਨੌਜਵਾਨ ਦੀਆਂ ਉਂਗਲਾਂ ਵੱਢਣ ਦੇ ਮਾਮਲੇ ਦੇ ਵਿੱਚ ਸਖਤੀ ਕੀਤੀ ਗਈ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਸਖਤ ਕਾਰਵਾਈ ਕਰਦੇ ਹੋਏ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਤੇ ਪੁਲਿਸ ਦਾ ਗੈਂਗਸਟਰਾਂ ਦੇ ਨਾਲ ਮੁਕਾਬਲਾ ਵੀ ਹੋਇਆ ਤੇ ਜੈਸ ਦੌਰਾਨ ਉਲੇਸਾ ਤੇ ਗੈਂਗਸਟਰਾਂ ਦੇ ਵਿਚਕਾਰ ਗੋਲੀਬੀ ਚੱਲਿਆ ਤੇ ਜਿਸ ਵਿੱਚ ਇੱਕ ਗੈਂਗਸਟਰ ਦੇ ਪੱਟ ਵਿੱਚ ਗੋਲੀ ਵੱਜਿਆ ਤੇ ਦਮਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਮੋਦੀ ਦੀ ਤਾਰੀਫ ਕਰਨੀ ਬੰਦ ਨਾ ਕੀਤੀ ਤਾਂ ਅੰਜਾਮ ਹੋਵੇਗਾ ਬੁਰਾ ਰੂਤਕ ਦੇ ਵਿਅਕਤੀ ਨੂੰ ਲੋਰੈਂਸ ਬਸ਼ਨੋਈ ਗੈਂਗ ਦੇ ਨਾਂ ਤੇ ਮਿਲੀ ਧਮਕੀ ਹਰਿਆਣਾ ਦੇ ਵਿੱਚ ਇੱਕ ਵਾਰ ਫਿਰ ਗੈਂਗਸਟਰ ਲੋਰੈਂਸ ਬਸ਼ਨੋਈ ਗੈਂਗ ਦੇ ਨਾਮ ਤੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆ ਤੇ ਰੋहतक ਸ਼ਹਿਰ ਦੇ ਸੈਕਟਰ 1 ਵਿੱਚ ਇੱਕ ਵਿਅਕਤੀ ਨੂੰ ਪੱਤਰ ਭੇਜ ਕੇ ਧਮਕੀ ਦਿੱਤੀ ਗਈ ਹੈ ਪੱਤਰ ਵਿੱਚ ਖੁਦ ਨੂੰ ਗੈਂਗਸਟਰ ਲੋਰੈਂਸ ਬਸ਼ਨੋਈ ਗੈਂਗ ਦੱਸਦੇ ਹੋਏ ਲਿਖਿਆ ਗਿਆ ਕਿ ਉਹ ਕਿਸਾਨ ਦਾ ਬੇਟਾ ਹੋ ਕੇ ਪੀਐਮ ਮੋਦੀ ਦੀ ਤਾਰੀਫ ਕਰਦਾ ਹੈ ਨਤੀਜਾ ਚੰਗਾ ਨਹੀਂ ਹੋਵੇਗਾ ਤੇ ਇਸ ਦੇ ਨਾਲ ਹੀ ਪੱਤਰ ਵਿੱਚ 50 ਲੱਖ ਰੁਪਏ ਭੇਜਣ ਦੀ ਮੰਗ ਕੀਤੀ ਗਿਆ ਤੇ ਪੱਤਰ ਲਿਖਣ ਤੋਂ ਬਾਅਦ ਪੀੜਤਾ ਨੇ ਪੁਲਿਸ ਦੇ ਕੋਲ ਸ਼ਿਕਾਇਤ ਜਿਹੜੀ ਦਰਜ ਕਰਵਾਈ ਹੈ। ਅਗਲੀ ਵੱਡੀ ਖਬਰ ਹੁਣ ਗਾਹਕ ਇਨ੍ਹਾਂ ਦੋ ਬੈਂਕਾਂ ਤੋਂ ਸਿਰਫ 5000 ਰੁਪਏ ਤੱਕ ਹੀ ਕਢਵਾ ਸਕਣਗੇ ਆਰਬੀ ਨੇ 6 ਮਹੀਨਿਆਂ ਦੇ ਲਈ ਲਾਗਾਈ پابੰਦੀ। ਭਾਰਤੀ ਰਿਜ਼ਰਵ ਬੈਂਕ ਨੇ ਦੋ ਬੈਂਕਾਂ ਤੇ پابੰਦੀ ਲਗਾ ਦਿੱਤੀ ਹੈ ਤੇ ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਬੈਂਕਾਂ ਦੇ ਬਚਤ ਖਾਤੇ ਅਤੇ ਚਾਲੂ ਖਾਤੇ ਦੇ ਵਿੱਚੋਂ ਪੈਸਾ ਕਢਵਾਉਂਦੇ। ਸੀਮਾ ਵੀ ਤੈਅ ਕੀਤੀ ਗਿਆ ਤੇ ਹੁਣ ਜੇਕਰ ਕੋਈ ਗਾਹਕ ਪੈਸੇ ਕਢਵਾਉਣ ਦੇ ਲਈ ਜਾਂਦਾ ਤਾਂ ਉਹ ਉਹਨਾਂ ਬੈਂਕਾਂ ਤੋਂ ਸਿਰਫ 5000 ਰੁਪਏ ਤੱਕ ਹੀ ਕਢਵਾ ਸਕੇਗਾ ਭਾਰਤੀ ਰਿਜ਼ਰਵ ਬੈਂਕ ਨੇ ਦੱਸਿਆ ਕਿ ਇਹਨਾਂ ਦੋਵਾਂ ਬੈਂਕਾਂ ਤੇ ਇਹ پابੰਦੀ 24 ਫਰਵਰੀ ਤੋਂ 6 ਮਹੀਨਿਆਂ ਤੱਕ ਰਹੇਗੀ ਤੇ ਇਸ ਤੋਂ ਬਾਅਦ ਬੈਂਕਿੰਗ ਦੀ ਸਥਿਤੀ ਦੇ ਹਿਸਾਬ ਦੇ ਨਾਲ ਫੈਸਲਾ ਲਿਆ ਜਾਵੇਗਾ ਤੇ ਇਸ ਦੌਰਾਨ ਆਰਬੀ ਵੀ ਸਮੇਂ-ਸਮੇਂ ਤੇ ਇਹਨਾਂ ਬੈਂਕਾਂ ਦੀ ਸਮੀਖਿਆ ਕਰੇਗਾ ਇਸਾ پابੰਦੀ ਦੇ ਤਹਿਤ ਇਹ ਬੈਂਕਾ ਕਿਤੇ ਵੀ ਨਿਵੇਸ਼ ਨਹੀਂ ਕਰ ਸਕਣਗੇ ਤੇ ਇਹਦੇ ਨਾਲ ਹੀ ਵਿਅਕਤੀ ਅਤੇ ਕੰਪਨੀ ਜਾਂ ਸੰਸਥਾ ਨੂੰ ਕਾਰਜਾ ਨਹੀਂ ਦੇ ਸਕਦਾ ਜਿਨ੍ਹਾਂ ਬੈਂਕਾਂ ਤੇ ਪਾਬੰਦੀ ਲਗਾਈ ਗਈ ਸੀ ਦੇਖਦੇ ਕੇਂਦਰੀ ਬੈਂਕ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਕਿ ਇਹ ਦੋ ਬੈਂਕਾ ਉਰਬਾ ਕੌਂਡਾ ਕੋਆਪਰੇਟਿਵ ਟਾਊਨ ਬੈਂਕ ਅਤੇ ਸ਼ੰਕਰ ਰਾਓ ਮੁਹੱਤੇ ਪਾਟੇਲ ਸਹਿਕਾਰੀ ਬੈਂਕ ਅਤੇ ਇਹ ਬੈਂਕ ਆਰਬੀ ਦੇ ਇਜਾਜ਼ਤ ਤੋਂ ਬਿਨਾ ਕੋਈ ਵੀ ਜਮਾ ਰਾਸ਼ੀ ਨਹੀਂ ਕਰ ਸਕਣਗੇ ਤੇ ਨਾ ਹੀ ਕਾਰਜਾ ਦੇਣਗੇ ਤੇ ਨਿਵੇਸ਼ ਨਹੀਂ ਕਰਨਗੇ ਤੇ ਫੰਡ ਟਰਾਂਸਫਰ ਨਹੀਂ ਕਰਨਗੇ ਤੇ ਆਰਬੀ ਨੇ ਕਿਹਾ ਕਿ ਇਸ پابੰਦੀ ਨੂੰ ਬੈਂਕਾਂ ਦਾ ਲਾਇਸੈਂਸ ਰੱਦ ਕਰਨ ਵਾਲਾ ਨਹੀਂ ਮੰਨਿਆ ਜਾਣਾ ਚਾਹੀਦਾ ਦੇਹ ਦੇ ਸੇਵਾ ਕਰਦਿਆਂ ਕਰਜ਼ੇ ਵਿੱਚ ਡੁੱਬੇ ਪੰਜਾਬ ਦੇ ਕਿਸਾਨਾਂ ਦੇ ਕਰਜ਼ਾ ਮਾਫੀ ਦੇ ਲਈ ਯੋਜਨਾ ਲਿਆਂਦੀ ਜਾਵੇ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਹੈ ਕਿ ਪੰਜਾਬ ਦੇ ਉਨ੍ਹਾਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੇ ਜੋਇਨਾ ਲਿਆਂਦੇ ਆਵੇ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕਰਦੇ ਆਪਣੇ ਸਿਰ ਕਰਜ਼ਾ ਚੜਾ ਲਿਆ ਤੇ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਕਿਸਾਨਾਂ ਦੇ ਦੇ ਵਿੱਚ ਤੀਜੇ ਸਭ ਤੋਂ ਵੱਧ ਕਰਜ਼ਾਈ ਹੰਤੇ ਅਕਾਲੀ ਦਲ ਦੇ ਪ੍ਰਧਾਨ ਨੇ ਬੀਤੇ ਕੱਲ੍ਹ ਸੰਸਦ ਦੇ ਵਿੱਚ ਸਵਾਲ ਪੁੱਛਿਆ ਤੇ ਵਿਧੇਤ ਰਾਜ ਮੰਤਰੀ ਨੂੰ ਬੇਨਤੀ ਕੀਤੀ ਆ ਕਿ ਉਹ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕਿਸਾਨਾਂ ਦੇ ਸਿਰ ਜਿਹੜੇ ਉਸਤਨ ਕਰਜ਼ੇ ਦੇ ਬਿਰਬੇ ਹਾਂਜੇ ਕਰਨ ਤੇ ਇਹ ਵੀ ਦੱਸਣ ਕਿ ਪਿਛਲੇ 2 ਸਾਲਾਂ ਵਿੱਚ ਚੜੇ ਕਰਜ਼ੇ ਦੇ ਮਿਆਰ ਦੇ ਜਾਂਚ ਦੇ ਲਈ ਕੋਈ ਅਧਿਐਨ ਕਰਵਾਇਆ ਗਿਆ ਹੈ ਕਿ ਨਹੀਂ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਕੋਈ ਯੋਜਨਾ ਰੱਖਦੀ ਹੈ ਕਿ ਨਹੀਂ